जी राम साहब आप रहे हो ना जी जी माशाल्लाह जी, इतने थल्यो मेरा ख्याल फुट तो शुरू हो गए, फुट डेढ़ फुट तो जी। एक फुट है सिर्फ जी, एक फुट तकरीबन मैच करा दे मैक्सिमम। ए देखो एक फुट है सिर्फ, एक फुट तो उतने ना फ्रूट लेना शुरू हो गया। 120 है ये जेड़े दाने लगे है जी, 120 लगे है लेकिन ऊपर हजे जा रहे निकल रहे हैं जेड़े हैगा। ये भी और रेड लेडी है या कुछ और है जी? रेड लेडी है। ਠੀਕ ਹੈ ਜੀ, ਅੱਛੀ ਵੈਰਾਈਟੀ ਹੈ। ਇਹਦਾ ਬੀਜ ਤੁਸੀਂ ਭਲਾ ਕਿੱਥੋਂ ਲਿਆਂਦਾ ਸੀ? ਇਹ ਜਿਹੜਾ ਬੀਜ ਹੈ ਨਾ ਸੀ, ਇਹ ਮੰਗਾਇਆ ਸੀ ਆਪਣਾ ਅਰਸ਼ਦ ਮਹਿਰ ਕੋਲੋਂ ਤੋਂ ਤਾਇਵਾਨ ਤੋਂ। ਅੱਛਾ, ਤਾਇਵਾਨ ਤੋਂ ਮੰਗਾਇਆ ਸੀ। ਖੁਦ ਦਾ ਸੀ ਜਰਮਨ ਸੀ, ਖੁਦ ਦੀ ਨਰਸਰੀ ਤਿਆਰ ਕੀਤੀ ਸੀ। ਫੁੱਲ ਸਮੈਤ 175 ਨੇ ਭਾਈ ਉਮਰ ਦਰਾਜ ਦੇ ਗਿਣੇ ਵੀ ਸੀ। ਹਾਂਜੀ, ਉਹ ਤੇ ਤੁਸੀਂ ਗਿਣੇ ਜਿਹੜੇ ਕੱਲ ਤੇ ਹਜੇ ਉੱਪਰ ਲੱਗ ਰਹੇ ਆ ਜੀ, ਕੂਬਣਾ ਜਿਸ ਜਿਸ ਤਰ੍ਹਾਂ ਇਹਨੇ ਜਾਣਾ ਉਦਾਂ ਜਾਣਾ। ਅੱਛਾ ਜੀ, ਸ਼ਦੀਦ ਸਰਦੀ ਦੇ ਬਾਵਜੂਦ ਮਤਲਬ ਹਲੇ ਤੱਕ ਫੁੱਲ ਲੈਂਦਾ ਪਿਆ? ਹਾਂਜੀ, ਸਰਦੀ ਆ ਗਈ, ਅੱਜ ਕੱਲ ਆ ਕੇ ਰੁਕ ਜਾਂਦਾ ਫੁੱਲ। ਹਾਂਜੀ, ਲੇਕਿਨ ਇਹਦਾ ਆ ਰਿਹਾ। ਹਾਂਜੀ, ਅਲਹਮਦੁਲਿਲਾ। ਅੱਲਾਹ ਪਾਕ ਕੋਈ ਵੀ ਇਨਸਾਨ ਕੰਮ ਕਰਦਾ ਹੈ ਨਾ, ਅੱਲਾਹ ਪਾਕ ਉਹਦਾ ਸਿਲਾ ਉਹਨੂੰ ਜ਼ਰੂਰ ਮਿਲਦਾ ਹੈ, ਔਰ ਮਿਹਨਤ ਦਾ ਸਿਲਾ ਮਿਲਦਾ ਹੈ। ਬਿਲਕੁਲ, ਇਹ ਸਾਡੀ ਮਿਹਨਤ ਹੈ ਔਰ ਸਾਨੂੰ ਇਹ 100+ ਜਿਹੜਾ ਨਾ ਇਹ ਯਕੀਨ ਹੈ ਅੱਲਾਹ ਪਾਕ ਸਾਡੀ ਮਿਹਨਤ ਦਾ ਰੰਗ ਜ਼ਰੂਰ ਦੇ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਮਲਕ ਸਰਜਾ ਸਾਹਿਬ ਤੇ ਬਸ ਜਿਹੜੇ ਨਾ ਥੱਲੇ ਡਿੱਗੇ ਡਿੱਗੇ ਉਹ ਹੀ ਚੁੱਕਦਾ ਪਿਆ ਹੈ। तहसील चक चुमरा जिला फैसलाबाद दे विच मलक उमर दराज वटू साहब दे फार्म ते आ मेरे नाल ने जी मलक सरजा साहब, सलारा शाहकोट रोड। हां जी, सलारा शाहकोट नाम मलक पिंड जिन्हों अंग्रेज भी जमीन इनाम दी देख गए ने। इनाम दी देख गए? हां जी, चार मुरबे अंग्रेज जमीन इनाम देख गया। वो क्यों भाई? बदमाश ने या राठ ने? अच्छा, बोस दिला नहीं मिल दे। अच्छा, बहादुरी दे देगा? बहादुरी दे देगा। चलो इदा ही होनी है। हां जी, तस्दीकी कर लो अगर निकले। बड़ी बड़ी मेहरबानी जी, जमीन भी तुहाडी अच्छी जी, मेहनत दे विच भी कोई शक नहीं ते दोस्त अहबाब नु। हां जी, बेंग जी उन्हां ते आउंदा जिन्हां ते भार ज्यादा होवे। दो मुरबे ਗੋਰੀ ਦੇ ਗਈ ਸੀ, ਦੋ ਮੁਰਬੇ ਗੋਰਾ ਦੇ ਗਿਆ ਸੀ ਬੇ ਜਵਾਨ ਬੰਦੇ ਨੇ, ਦਲੇਰ ਬਹਾਦਰ ਬੰਦੇ ਨੇ, ਪਿੰਡ ਦਲੇਰ ਇਹ ਸਦਰ ਵਾਲਾ ਬਟੂਆ ਦਾ। ਹਾਂਜੀ, ਉਹ ਕਹਿੰਦੇ ਹੁਣੇ ਕੰਮ ਕਰਨ ਲੱਗ ਪੈਣ, ਲੁੱਟ ਮਾਰ ਛੱਡ ਦੇਣ। ਆਹੀ ਚੀਜ਼ ਆ ਅਸਲ। ਹਾਂ, ਉਹਨਾਂ ਨੇ ਕਿਹਾ ਕੰਮ ਕਰਿਆ ਕਰੋ ਤੇ ਕੰਮ ਚੰਗਾ ਲੱਗ ਗਿਆ ਜੀ। ਅੰਗਰੇਜ਼ ਤੁਹਾਨੂੰ ਜ਼ਿਮੀਦਾਰ ਹੈ ਤੇ ਤੁਸੀਂ ਹੁਣ ਪਪੀਤੇ ਵਾਲੀ ਵੀ ਅਖੀਰ ਕਰ ਦਿੱਤੀ, ਦੂਜੀਆਂ ਬਸ ਇਨਸ਼ਾਅੱਲਾ ਮੈਕਸੀਕਨ ਉਹ ਵੀ ਲਾਏ ਨੇ। ਅੱਛਾ ਜੀ, 6 ਪੈੜੀਆਂ ਇਹ ਲਾਇਆ ਇਨਸ਼ਾਅੱਲਾ ਜੀ। ਸਦਾਮ ਸਾਹਿਬ ਆ ਥੱਲੇ ਵਾਲਾ ਪਤਾ ਵੀ ਕਰਿਓ ਜੀ। ਪਪੀਤਾ ਲਾਇਆ ਹੈ। ਲੋ ਜੀ, ਇਹ ਇਤਨਾ ਫਰੂਟ ਮਾਸ਼ਾਅੱਲਾ ਇਸ ਪਲਾਂਟ ਤੇ ਜੀ, ਇਹਦਾ ਵਜ਼ਨ ਨਹੀਂ ਉਠਾ ਸਕਿਆ ਲਿਆਦਾ ਨੂੰ। ਹਾਂਜੀ, ਉਹ ਥੰਮੀਆਂ ਦਿੱਤੀਆਂ ਹੀ ਆ ਜੀ। ਉਹ ਵੀ ਬੜੀ ਗੱਲ ਹੈ ਜੀ, ਥੰਮੀ ਦੇਣਾ ਵੀ। ਇਹ ਤਕਰੀਬਨ ਲਾਲ ਸੁਰਖ ਜਿਹੜੀਆਂ ਹਨ ਨਾ, ਅਮਰੀਕਾ ਦੀ ਜ਼ਿਆਦਾ ਨੇ ਖਿਲਾ ਰਿਹਾ ਇਹਨੂੰ ਜੀ। ਠੀਕ ਹੈ, ਇਹ ਰੈਗ ਡੈਡੀ ਤੇ ਬੈਗ ਡੈਡੀ ਜਿਹੜੀ ਹੁਣ ਜਿਹੜੀਆਂ ਸਪਰੇਆਂ ਸਪਰੂਆਂ ਮੁੱਕ ਗਈਆਂ ਜਾਂ ਹਜੇ ਵੀ ਕਰੀ ਜਾਂਦੇ ਆ? ਨਹੀਂ, ਹੁਣ ਥੋੜਾ ਜਿਹਾ ਨਵਕਫਾ ਜ਼ਿਆਦਾ ਰੱਖ ਛੱਡਿਆ। ਹਾਂਜੀ, ਅਸੀਂ ਤਕਰੀਬਨ ਅੱਗੇ ਆਰ ਹਫਤੇ ਬਾਅਦ ਕਰਦੇ ਆ ਤੇ ਹੁਣ ਜੀ ਅਸੀਂ 15 ਦਿਨ ਬਾਅਦ ਜਿਹੜਾ ਨਾ 15-20 ਦਿਨ ਬਾਅਦ 15-20 ਦਿਨ ਬਾਅਦ ਕਰਨੀ ਪੈਂਦੀ ਹੈ। 15-20 ਦਿਨ ਬਾਅਦ, ਲੇਕਿਨ ਥੋੜਾ ਜਿਹਾ ਕੁਝ ਫਰਕ ਇਹ ਵੀ ਆਇਆ ਕਿ ਜਦੋਂ ਦੀ ਸਰਦੀ ਆਈ ਹੈ ਨਾ ਜੀ, ਹਾਂਜੀ, ਉਦੋਂ ਦਾ ਵਾਇਰਸ ਜਿਹੜਾ ਨੇ ਉਹ ਰੁਕ ਗਿਆ। ਚਲੋ ਠੀਕ, ਨਾਲ ਸਪਰੇਵਾਂ ਵੀ ਕਰਦੇ ਹੁੰਦੇ ਔਰ ਇਹ ਵੀ ਸਰਦੀ ਦਾ ਬਹੁਤ ਜ਼ਿਆਦਾ ਫਰਕ ਬਣਿਆ। ਠੀਕ ਹੈ ਜੀ, ਸਰਦੀ ਦੇ ਵਿੱਚ ਵੀ? ਹਾਂਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ।